ਮੋੜ ਸਾਥੀ ਤਕੜੀ ਤੇ ਹਾਥੀ ਜੀਹਾਂ ਸ਼੍ਰੋਮਣੀ ਅਕਾਲੀ ਦਲ ਤੇ ਬਸਪਾ ਦਾ ਐਲਾਈਅੰਸ ਬਸਪਾ ਦੇ ਨਾਲ ਸ਼੍ਰੋਮਣੀ ਕਾਲੀ ਦਲ ਦਾ ਗੜਜੋੜ ਆ ਜਲਾਨਿਆ ਗਿਆ ਅੱਜ ਉਸ ਸਮੇਂ ਪੰਜਾਬ ਦੀ ਸਿਆਸਤ 'ਚ ਵੱਡਾ ਮੋੜ ਆਇਆ ਜਦ ਸ਼੍ਰੋਮਣੀ ਅਕਾਲੀ ਦਲ ਤੇ ਭੋਜਨ ਸਮਾਜ ਪਾਰਟੀ 'ਚ 25 ਸਾਲ ਬਾਅਦ ਦੁਬਾਰਾ ਤੋਂ ਗੜਜੋੜ ਹੋਇਆ ਇਹ ਗੜਜੋੜ 2022 ਦੀਆਂ ਮidan ਸਵਾ ਚੋਣਾਂ ਮਿਲ ਕੇ ਲੜੇਗਾ ਇਤਿਹਾਸ ਗਵਾਹ ਹੈ ਕਿ ਬਸਪਾ ਦੇ ਨਾਲ ਵੱਡਾ ਦਲਿਤ ਵੋਟ ਬੈਂਕ ਚਟਾਨ ਵਾਂਗ ਖੜਾ ਰਹਿੰਦਾ ਹੈ ਸਮਝੌਤੇ ਮੁਤਾਬਕ 117 'ਚੋਂ 20 ਸੀਟਾਂ ਤੇ बहुजन समाज पार्टी चौन लड़ेगी मालवाच 7 माजाच 5 ਅਤੇ ਦੁਆਬਾਚ 8 ਸੀਟਾਂ ਤੇ बसपा चौन ਲੜੇਗੀ ਅਕਾਲੀ ਦਲ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੇ ਇਸ ਗੜਜੋੜ ਦੇ ਲਈ बसपा ਦੀ ਕੌਮੀ ਪ੍ਰਧਾਨ ਮਾਇਆਵਤੀ ਦਾ ਵਿਸ਼ੇਸ਼ ਧੰਨਵਾਦ ਵੀ ਕੀਤਾ ਸਾਬਕਾ ਮੁੱਖ ਮੰਤਰੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਵੀ ਇਸ ਗੜਜੋੜ ਦੇ ਲਈ ਮਾਇਆਵਤੀ ਨੂੰ ਫੋਨ ਦੇ ਰਾਹੀਂ ਵਧਾਈ ਦਿੱਤੀ ਅੱਜ ਰਸਮੀ ਐਲਾਨ ਮੌਕੇ ਇੱਕ ਵੱਖਰੀ ਹੀ ਖੁਸ਼ੀ ਨਜ਼ਰ ਆਈ ਪਾਰਟੀ ਕਾਡਰ ਦੇ ਚਿਹਰੇ ਤੇ ਵੀ ਰਸਮੀ ਐਲਾਨ ਮੌਕੇ ਆਇਆਂ ਕੁਝ ਬੇहद ਖਾਸ ਤਸਵੀਰਾਂ ਤੁਹਾਡੀ ਟੀਵੀ ਸਕਰੀਨਸ ਤੇ